ਰਹਿਮਾਨ ਰਹੀਮ ਜੀ ਅਸਲਾਮ ਅਲੈਕੁਮ ਵੀਰਸ, ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ। ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਅਸੀਂ ਵੀ ਠੀਕ ਹਾਂ। ਲਾਈਫ ਵਿਦ ਮਰੀਮ ਸੋ ਵੈਲਕਮ ਤੁਹਾਡਾ। ਅਤੇ ਦੁਆ ਹੈ ਕਿ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਸਿਹਤ ਤੰਦਰੁਸਤੀ ਤਾਂ ਫਰਮਾਏ, ਤਮਾਮ ਬਿਮਾਰੀਆਂ ਤੋਂ ਮਹਿਫੂਜ਼ ਰੱਖੇ, ਆਮੀਨ ਸੁਮਾਮੀਨ। ਹਾਂਜੀ ਜੀ, ਤੋਂ ਮਾਸ਼ਾਅੱਲਾ ਅੱਜ ਲੈਣ ਆਏ ਆ ਬੱਕਰੀਆਂ ਵਾਸਤੇ ਚਾਰਾ। ਚਾਰਾ ਅਸੀਂ ਲੈ ਕੇ ਜਾਵਾਂਗੇ ਜੰਤਰ, ਤੋ ਕਿੱਦਾਂ ਇਹਦੀ ਕਟਾਈ ਕਰਦੇ ਹਾਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰੇ ਚੈਨਲ ਲਾਈਕ ਹੋ ਸਬਸਕ੍ਰਾਈਬ ਲਾਜ਼ਮੀ ਕਰਿਓ। ਨੀਚੇ ਪਾਣੀ ਦਾ ਪਲਾਂਟ ਆ ਸਾਰਾ। ਤੋ ਹੁਣ ਅਸੀਂ ਜੋ ਹੈ ਕਟਾਈ ਕਰਨਾ ਸਾਡਾ ਸਟਾਰ। ਪਿੱਛੇ ਜੋ ਹੈ ਮੇਰਾ ਬਾਡੀ ਗਾਰਡ ਚਾਰਾ ਉਠਾ ਰਿਹਾ ਆ, ਕਿਉਂਕਿ ਪਾਣੀ ਛੋੜਿਆ ਹੋਇਆ ਸੀਗਾ ਇਹਨੂੰ, ਤੋ ਪਾਣੀ ਲਗਾਇਆ ਹੋਇਆ ਨੀਚੇ, ਲੇਕਿਨ ਬੱਕਰੀਆਂ ਵਾਸਤੇ ਵੀ ਚਾਰਾ ਲੈ ਕੇ ਜਾਣਾ ਸੀ। ਤੋ ਅੱਜ ਅਸੀਂ ਚਾਰੇ ਦੀ ਕਟਾਈ ਕਰਾਂਗੇ ਪਾਣੀ ਦੇ ਵਿੱਚ ਹੀ। ਦਾਤੀ ਜੋ ਹੈ ਅਸੀਂ ਲੈ ਕੇ ਆਏ ਹਾਂ ਚਾਰੇ ਦੀ ਕਟਾਈ ਕਰਨ ਵਾਸਤੇ, ਇਹਨੂੰ ਇੱਕ ਦੰਦਾ ਨਹੀਂ ਹੈਗਾ। ਯਾਨੀ ਕਿ ਦਰਮਿਆਨ ਚੋਂ, ਤੋ ਫਿਰ ਦੁਬਾਰਾ ਇਹ ਕੋਟ ਕਰ ਲੈਂਦਾ।
ਹਾਂ ਜੀ ਜੀ ਤੋਂ ਮਾਸ਼ਾਅੱਲਾ ਚਾਰੇ ਦੀ ਕਟਾਈ ਕਰਕੇ ਅਤੇ ਬੱਕਰੀਆਂ ਨੂੰ ਪਾਤਾ ਹੋਰ ਮਾਸ਼ਾਅੱਲਾ ਬਹੁਤ ਜ਼ਿਆਦਾ ਸ਼ੌਂਕ ਨਾਲ ਖਾਂਦੀਆਂ ਅਤੇ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਮਿਲਾਂਗੇ ਤੁਹਾਡੇ ਨਾਲ ਨੈਕਸਟ ਵੀਡੀਓ 'ਚ ਦੁਆ 'ਚ ਸਾਨੂੰ ਯਾਦ ਰੱਖਿਓ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ ਕਮੈਂਟ ਵਿੱਚ ਦੱਸਿਓ ਕਿ ਮੇਰੀ ਅੱਜ ਦੀ ਵੀਡੀਓ ਕੈਸੀ ਬਣੀ ਅੱਲਾ ਹਾਫਿਜ਼।